ਹਲੇ 8 ਵਜੇ ਦਾ ਸਮਾਂ ਹੈ ਤੇ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਹਲੇ ਕਿਸਾਨ ਇੱਥੇ ਪਹੁੰਚੇ ਵੀ ਨਹੀਂ, ਜ਼ਿਆਦਾ ਕੁਝ ਕੁ ਕਿਸਾਨ ਅੱਗੇ ਨੇ, ਜ਼ਿਆਦਾਤਰ ਕਿਸਾਨ ਹਲੇ ਪਿੱਛੇ ਨੇ। 9 ਵਜੇ ਦਾ ਸਮਾਂ ਦਿੱਤਾ ਗਿਆ ਪਰ ਹਰਿਆਣਾ ਪੁਲਿਸ ਨੇ ਅਥਰੂ ਗੈਸ ਸਿੱਟਣੀ ਸ਼ੁਰੂ ਕਰ ਦਿੱਤੀ ਹੈ ਥੋੜ੍ਹੀ ਥੋੜ੍ਹੀ ਦੇਰ ਬਾਅਦ। ਹੁਣ ਕਰੀਬ 1-2 ਮਿੰਟਾਂ ਦੇ ਵਿੱਚ ਹੀ 6-7 ਅਥਰੂ ਗੈਸ ਦੇ ਗੋਲੇ ਇੱਕ ਹੋਰ ਸਿੱਟਿਆ। ਆਹ ਦੇਖੋ ਅਸਮਾਨ ਤੋਂ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ, ਆਹ ਆਵਾਜ਼ਾਂ ਤੁਸੀਂ ਸੁਣ ਰਹੇ ਹੋ। ਤਾਂ ਸਵੇਰੇ ਹੀ 8 ਵਜਦੇ ਹੀ ਦਿਨ ਚੜ੍ਹਦੇ ਹੀ ਜਿੱਦਾਂ ਹੀ ਸੂਰਜ ਚੜ੍ਹਿਆ ਤਾਂ ਸੂਰਜ ਚੜ੍ਹਦੇ ਹੀ ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਨੇ। ਤਾਂ ਇਹ ਤਸਵੀਰ ਸ਼ੰਭੂ ਬੈਰੀਅਰ ਦੀ ਇੱਕ ਵਾਰ ਫਿਰ ਤੋਂ ਅੱਜ ਫੇਰ ਉਹੀ ਤਸਵੀਰ ਦਿਖਦੀ ਹੈ। ਅੱਜ ਫੇਰ ਦਿਨ ਚੜ੍ਹਦੇ ਹੀ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ ਕਰ ਦਿੱਤੇ ਨੇ। ਹਾਲਾਂਕਿ ਕੁਝ ਕੁ ਕਿਸਾਨ ਹਲੇ ਅੱਗੇ ਆਏ ਸੀ, ਨੌਜਵਾਨ ਕਿਸਾਨ, ਜਿਵੇਂ ਸਵੇਰੇ ਅਸੀਂ ਦੇਖਿਆ ਸੀ ਕਿ ਰਾਤ ਜਿਵੇਂ ਉੱਥੇ ਨੇੜੇ ਖੜੇ ਸੀ ਹਰਿਆਣਾ ਪੁਲਿਸ ਦੇ ਖਨੌਰੀ ਬੈਰੀਅਰ ਤੇ, ਤਾਂ ਇੱਥੇ ਵੀ ਅੱਜ ਜਦੋਂ ਥੋੜੇ ਬਹੁਤੇ ਕਿਸਾਨ ਸਵੇਰੇ ਜਾ ਕੇ ਦੇਖਦੇ ਨੇ ਕਿ ਭਾਈ ਦੇਖੀਏ ਕਿ ਸ਼ਾਇਦ ਮਾਹੌਲ ਸ਼ਾਂਤ ਹੋ ਗਿਆ ਹੋਵੇ, ਪਰ ਜਿੱਦਾਂ ਹੀ ਕਿਸਾਨ ਅੱਗੇ ਗਏ ਨੇ ਤਾਂ ਦਿਨ ਚੜ੍ਹਦੇ ਹੀ ਅਥਰੂ ਗੈਸ ਦੇ ਗੋਲੇ ਸਿੱਟਣੇ ਸ਼ੁਰੂ। ਧਮਾਕਿਆਂ ਦੇ ਨਾਲ ਸਵੇਰ ਦੀ ਸ਼ੁਰੂਆਤ ਹੋਈ ਹੈ, ਕਹਾਂਗੇ ਕਿ ਇੱਕ ਵਾਰ ਫਿਰ ਤੋਂ ਗੇਮਾਂ ਗੇਮੀ ਸ਼ੁਰੂ, ਹਲਚਲ ਸ਼ੁਰੂ। ਹਰਿਆਣਾ ਪੁਲਿਸ ਨੇ ਕਰੀਬ 8-10 ਗੋਲੇ ਜਿਹੜੇ ਨੇ ਅਥਰੂ ਗੈਸ ਦੇ ਉਹ ਸੁੱਟੇ ਨੇ, ਪਰ ਇਹ ਤੁਸੀਂ ਦੇਖ ਰਹੇ ਹਾਂ ਕਿ ਕਿਸਾਨ ਹਲੇ ਇੱਥੇ ਥੋੜ੍ਹੀ ਗਿਣਤੀ 'ਚ ਆਏ ਸੀ, ਕਿਉਂਕਿ ਕਿਸਾਨਾਂ ਨੇ ਸਾਫ਼ ਤੌਰ ਤੇ ਕਹਿੰਦੇ ਨੇ ਕਿਹਾ ਹੈ ਕਿ ਕਰੀਬ 9 ਵਜੇ ਦੇ ਆਸ ਪਾਸ ਦਾ ਸਮਾਂ ਰੱਖਿਆ ਸੀ। ਸਰਦਾਰ ਸਾਹਿਬ, ਵੈਸੇ ਇੱਥੇ ਸਮਾਂ ਕਿੰਨੇ ਵਜੇ ਰੱਖਿਆ, ਕਿੰਨੇ ਵਜੇ ਪਹੁੰਚੋਗੇ? ਵੇਖੋ ਜੀ, ਅਸੀਂ ਹੁਣ ਮੀਟਿੰਗ ਰੱਖੀ ਹੈ 9 ਵਜੇ, ਪੂਰੇ ਆਲ ਜਥੇਬੰਦੀਆਂ ਜਿਹੜੀਆਂ ਮੀਟਿੰਗ ਕਰਨਗੇ, ਉਦੋਂ ਬਾਅਦ ਅਸੀਂ ਫੈਸਲਾ ਅਗਲਾ ਲਵਾਂਗੇ ਵੀ ਅਸੀਂ ਕੀ ਕਰਨਾ। ਬਾਕੀ ਆ ਜੋ ਕੁਛ ਹੋ ਰਿਹਾ ਤੁਸੀਂ ਦੇਖ ਰਹੇ ਜੇ, ਇਹ ਆਪਣੇ ਲੋਕ ਜਿਨ੍ਹਾਂ ਨੇ ਮੋਦੀ ਜੀ ਨੂੰ ਕੁਰਸੀ 'ਤੇ ਪਾਇਆ, ਪਰ ਅਸੀਂ ਇਹੋ ਜਿਹੀ ਸੋਚ ਕਦੀ ਸੋਚੀ ਨਹੀਂ ਵੀ ਇਹ ਸਾਡੇ 'ਤੇ ਇੰਨਾ ਅਤਿਆਚਾਰ ਕਰੂਗਾ। ਇੱਕ ਬਾਰਡਰ ਸਾਡਾ ਪਾਕਿਸਤਾਨ ਵਾਲਾ ਉੱਧਰੋਂ ਅਤੇ ਦੂਸਰਾ ਬਾਰਡਰ ਪੰਜਾਬ ਦਾ, ਇਹਨੇ ਆਹ ਬਣਾ ਕੇ ਰੱਖਿਆ। ਕਿੰਨੇ ਦਿਨ ਹੋ ਗਏ ਆ, ਕਿੰਨਾ ਖਰਚ ਕੀਤਾ, ਕਿੰਨੀਆਂ ਫੋਰਸਾਂ ਨੂੰ ਇਹ ਜਿਹੜਾ ਇੱਧਰ ਲਾ ਕੇ ਰੱਖਿਆ ਵਾ। ਪਰ ਅਸੀਂ ਇੱਕ ਗੱਲ ਦੱਸ ਦੇਣਾ ਚਾਹੁੰਦੇ ਹਾਂ, ਅਸੀਂ ਭਾਰਤ ਦੇ ਵਾਸੀ ਹਾਂ, ਦਿੱਲੀ ਸਾਡੀ ਆ, ਦਿੱਲੀ ਦੇ ਵਾਰਸ ਅਸੀਂ ਹਾਂ, ਅਤੇ ਇਹ ਸਾਨੂੰ ਦਿੱਲੀਓਂ ਜਾਣੋਂ ਰੋਕ ਰਿਹਾ ਵਾ। ਪਰ ਦੱਸ ਦੇਣਾ ਚਾਹੁੰਦੇ, ਜੋ ਮਰਜ਼ੀ ਇਹ ਕਰ ਲਏ, ਪਰ ਦਿੱਲੀ ਜਾ ਕੇ ਰਹਾਂਗੇ। ਅੱਜ ਵੱਡੇ ਕਾਫਲੇ ਜਿਹੜੇ ਹੋਰ ਵੀ ਸਾਡੇ ਜਿਹੜੇ ਪਿੰਡਾਂ ਨੂੰ ਆ ਰਹੇ ਆ, ਅਤੇ ਅੱਜ ਅਸੀਂ ਇਹਨੂੰ ਪਾਰ ਕਰਾਂਗੇ ਅਤੇ ਦਿੱਲੀ 'ਚ ਅੱਜ ਇੰਟਰ ਹੋਵਾਂਗੇ। ਜਿੰਨੀਆਂ ਮਰਜ਼ੀ ਗੋਲੀਆਂ ਤੁਸੀਂ ਵੇਖ ਰਹੇ, ਰਾਤ ਅਸਲੀ ਗੋਲੀਆਂ ਵੱਜੀਆਂ ਵਾ, ਉਹ ਤੁਹਾਨੂੰ ਖੋਖੇ ਵਿਖਾਵਾਂਗੇ, ਸਾਡੇ ਪ੍ਰਧਾਨ ਜੀ ਦੇ ਕੋਲ ਵਾ, ਅਸਲੀ ਗੋਲੀਆਂ ਵੱਜੀਆਂ, ਬਾਹਾਂ ਦੇ ਆਰ ਪਾਰ ਹੋਈਆਂ ਲੋਕਾਂ ਦੇ, ਕਈਆਂ ਦੀਆਂ ਅੱਖਾਂ ਗਈਆਂ ਵਾ, ਕਈਆਂ ਦੀਆਂ ਲੱਤਾਂ ਗਈਆਂ ਵਾ, ਕਈਆਂ ਦੀਆਂ ਬਾਹਾਂ ਵੀ ਗਈਆਂ ਵਾ। ਉਹ ਅਸੀਂ ਹੁਣ ਰਿਪੋਰਟ ਬਣਾ ਰਹੇ ਹਾਂ, ਉਹ 1.5 ਘੰਟੇ ਤੱਕ ਸਾਰਾ ਪਤਾ ਲੱਗ ਜੂਗਾ ਵੀ ਕਿੰਨੇ ਕਿਸਾਨ ਜ਼ਖਮੀ ਹੋਏ ਆ, ਕਿੰਨੀਆਂ ਲੱਤਾਂ ਟੁੱਟੀਆਂ ਵਾ, ਕਿੰਨਿਆਂ ਦੀਆਂ ਅੱਖਾਂ ਗਈਆਂ। ਪਰ ਲੱਖ ਲਾਉਣ 'ਤੇ ਇਹੋ ਜਿਹੀਆਂ ਸਰਕਾਰਾਂ ਦੇ, ਜਿਹੜੇ ਆਪਣੇ ਲੋਕਾਂ 'ਤੇ, ਇਹੋ ਜਿਹੀ ਪਾਕਿਸਤਾਨ ਹਿੰਦੁਸਤਾਨ 'ਤੇ ਲੜਾਈ ਵੀ ਇਹੋ ਜਿਹੀ ਨਹੀਂ ਹੁੰਦੀ ਜਿਹੋ ਜਿਹੀ ਕੱਲ੍ਹ ਤੁਸੀਂ ਵੇਖੀ ਆ। 2 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਅਥਰੂ ਗੈਸ ਗੋਲੀਆਂ ਚੱਲਦੀਆਂ ਰਹੀਆਂ, ਅਤੇ ਹੁਣ ਵੇਖੋ ਅਜੇ ਕਿਸਾਨ ਪਿੱਛੇ ਆ, ਇਹ ਹੁਣੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਹਨਾਂ ਨੇ। ਦਿਨ ਚੜ੍ਹਿਆ ਨਹੀਂ ਅਤੇ ਧਮਾਕਿਆਂ ਨਾਲ ਕਹਾਂਗੇ ਕਿ ਸ਼ਾਇਦ ਦੁਸ਼ਮਣ ਮੁਲਕ ਦੇ ਬਾਰਡਰ 'ਤੇ ਵੀ ਇਸ ਤਰ੍ਹਾਂ ਦੀ ਤਸਵੀਰ ਨਾ ਨਜ਼ਰ ਆਉਂਦੀ, ਹਾਲੇ ਤੱਕ ਕਿਸਾਨ ਪਿੱਛੇ ਨੇ। ਕੀ ਲੱਗਦਾ ਕਿਉਂ ਐਸਾ ਮਾਹੌਲ ਪੈਦਾ ਹੋ ਰਿਹਾ? ਦੂਜੇ ਪਾਸੇ ਗੱਲਬਾਤ ਦੀ ਜਿਹੜੀ ਹੈ ਉਹ ਵੀ ਕੋਸ਼ਿਸ਼ ਚੱਲ ਰਹੀ ਹੈ, ਕਹਿੰਦੇ ਕਿ ਗੱਲਬਾਤ ਰਹੀ ਮਸਲਾ ਹੱਲ ਹੋ ਜਾਏਗਾ, ਪਰ ਇੱਕ ਪਾਸੇ ਇੱਥੇ ਟਕਰਾਵ ਦੀ ਸਥਿਤੀ ਹੈ। ਵੇਖੋ ਜੀ, 5 ਦਿਨ ਹੋ ਗਏ ਸਾਡੇ ਆਗੂ ਜਾ ਰਹੇ ਮੀਟਿੰਗਾਂ, 3 ਇਹਨਾਂ ਦੇ ਮੰਤਰੀ ਆਉਂਦੇ ਆ, ਉਹ ਮੰਨ ਰਿਹਾ ਵੀ ਬਾਕੀ ਆ ਮੰਗਾਂ ਤੁਹਾਡੀਆਂ ਠੀਕ ਵਾ, ਇਹ ਤੁਹਾਡੀਆਂ ਲਾਗੂ ਕਰਨ ਵਾਲੀਆਂ, ਪਰ ਕਰ ਨਹੀਂ ਰਹੇ। ਸਿਰਫ ਸਾਨੂੰ ਇਹ ਜਿਵੇਂ ਅੱਗੇ 13 ਮਹੀਨੇ ਅਸੀਂ ਸੰਘਰਸ਼ ਲੜਿਆ, ਉਦੋਂ ਵੀ ਅਸੀਂ ਇਹਨਾਂ ਦੀ ਵਿਸ਼ਵਾਸ 'ਤੇ ਆ ਗਏ ਵੀ ਚਲੋ ਬਾਕੀ ਮੰਗਾਂ ਸਾਡੀਆਂ ਇਹ ਪੂਰੀਆਂ ਕਰ ਦੇਣਗੇ। ਵੇਖੋ 2.5 ਸਾਲ ਹੋ ਗਏ ਆ, ਮਜਬੂਰ ਸਾਨੂੰ ਜਾਣਾ ਪੈ ਰਿਹਾ ਦਿੱਲੀ, ਇਹ ਲੋਕ ਵਿਹਲੇ ਨਹੀਂ, ਕੰਮ ਕਾਰ ਜਾ ਰਹੇ ਆ, ਪਰਿਵਾਰਾਂ ਵਾਲੇ ਆ, ਸਾਰਾ ਮਤਲਬ ਛੱਡ ਕੇ ਆਪਣਾ ਆਏ ਆ, ਪਰ ਉਹ ਮੰਨ ਰਹੇ ਆ ਵੀ ਮੰਗਾਂ ਤੁਹਾਡੀਆਂ ਠੀਕ ਵਾ, ਅਤੇ ਪੂਰੀਆਂ ਨਹੀਂ ਕਰ ਰਹੇ, ਸਾਨੂੰ ਉਲਝਾ ਰਹੇ ਆ, ਸਾਨੂੰ ਲਾਲੂ ਪੋਪੋ ਦੇ ਰਹੇ ਆ, ਪਰ ਉਹ ਨਹੀਂ ਲਵਾਂਗੇ।
ਤਾਂ ਸਾਫ ਤੌਰ ਤੇ ਤਸਵੀਰ ਹੈ ਜੀ, ਦਿਨ ਚੜਿਆ ਤੇ ਨਾਲ ਦੀ ਨਾਲ ਸ਼ੁਰੂਆਤ ਆ ਜਿਹੜੀ ਉਹ ਧਮਾਕੇ ਜਿਹੜੇ ਨੇ ਅਥਰੂ ਗੈਸ ਦੇ ਗੋਲਿਆਂ ਦੇ ਧਮਾਕਿਆਂ ਦੇ ਨਾਲ ਸ਼ੁਰੂਆਤ ਹੋਈ ਆ। ਹਲੇ ਸੂਰਜ ਚੜਿਆ, ਸੂਰਜ ਹਲੇ ਨਿਕਲਣਾ ਸ਼ੁਰੂ ਹੋਇਆ ਤੇ ਦੂਜੇ ਪਾਸੇ ਅਥਰੂ ਗੈਸ ਆ ਜਿਹੜੀ ਉਹ ਛੱਡਣੀ ਸ਼ੁਰੂ ਕਰ ਦਿੱਤੀ ਗਈ ਆ। ਹਾਲਾਂਕਿ 9 ਵਜੇ ਦਾ ਸਮਾਂ ਰੱਖਿਆ ਗਿਆ ਮੀਟਿੰਗ ਦਾ, 9 ਵਜੇ ਕਹਿੰਦੇ ਨੇ ਕਿ ਕਿਸਾਨ ਆਗੂ ਆਪਣੇ ਜਿਹੜੇ ਮੁੱਖ ਨੁਮਾਇੰਦੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਨਗੇ। ਉਸ ਮੀਟਿੰਗ ਦੇ ਵਿੱਚ ਅੱਗੇ ਦਾ ਫੈਸਲਾ ਹੋਣਾ ਕਿ ਕੀ ਰਣਨੀਤੀ ਰਹਿਣੀ ਹੈ, ਕਿਉਂਕਿ ਕੱਲ੍ਹ ਜਿਸ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲੀ